ਜ਼ਿਲ੍ਹਾ ਫਿਰੋਜ਼ਪੁਰ ਬਦਮਾਸ਼ੀ ਦੇ ਡਰ ਹੇਠ ਆਮ ਸ਼ਹਿਰੀ ਦਾ ਜੀਣਾ ਮਹਾਲ ਕਰਨ ਵਾਲੇ ਕੁਝ ਗੁੰਡਾ ਅੰਸਰਾਂ ਵੱਲੋਂ ਬੱਚਿਆਂ ਨੂੰ ਜਾਨੋ ਮਾਰ ਦੇਣ ਦੀਆਂ ਧਮਕੀਆਂ ਤੋਂ ਡਰਦਿਆਂ ਫਿਰੋਜ਼ਪੁਰ ਦਾ ਨਜ਼ਦੀਕੀ ਪਿੰਡ ਨੂਰਪੁਰ ਸੇਠਾਂ ਦੇ ਵਸਨੀਕ ਕੁਲਦੀਪ ਕੁਮਾਰ ਨੇ ਪੁਲਿਸ ਨੂੰ ਦਿੱਤੀ ਦਰਖਾਸਤ ਵਿੱਚ ਗਿਣੀ ਮਿੱਠੀ ਸਾਜ਼ਿਸ਼ ਤਹਿਤ ਕਾਰ ਖੋਹਣ, ਪਿਸਤੌਲ ਦੀ ਨੋਕ ਤੇ ਐਫੀਡੇਵਿਟ ਕਰਵਾਉਣ ਅਤੇ ਜਾਨੋ ਮਾਰਨ ਦੀਆਂ ਧਮਕੀਆਂ ਦੇ ਕੇ ਲੱਖਾਂ ਰੁਪਏ ਦੀ ਫਿਰੌਤੀ ਵਸੂਲਣ ਵਾਲਿਆਂ ਖਿਲਾਫ਼ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਇਸ ਮੌਕੇ ਤੇ ਪ੍ਰੈਸ ਕਾਨਫਰੰਸ ਦੌਰਾਨ ਕੁਲਦੀਪ ਕੁਮਾਰ ਨੇ ਕਿਹਾ, ਲਾਲੀ ਗੈਂਗਸਟਰ ਜੀ, ਇਹਨੇ ਮੇਰੇ ਨਾਲ ਲੁੱਟ ਖੋਹ ਕੀਤੀ ਜੀ। ਇਹਨੇ ਮੈਨੂੰ ਡਰਾ ਧਮਕਾ ਕੇ 27-5 ਨੂੰ 1.5 ਲੱਖ ਰੁਪਈਆ ਮੇਰੇ ਕੋਲ ਲਿਆ। ਉਸ ਤੋਂ ਬਾਅਦ 18-5 ਨੂੰ 2 ਲੱਖ ਦੀ ਡਿਮਾਂਡ ਕੀਤੀ ਸੀ, ਜਿਹੜਾ ਕਿ ਇਹਨਾਂ ਨੂੰ ਮੈਂ 2 ਕਿਸ਼ਤਾਂ ਦੇ ਵਿੱਚ ਦਿੱਤਾ। 1-18-6 ਨੂੰ ਦਿੱਤਾ ਜੀ 50,000 ਰੁਪਈਆ, ਅਤੇ ਮੈਨੂੰ ਅਤੇ ਮੇਰੇ ਪਰਿਵਾਰ ਨੂੰ ਮਾਰਨ ਦੀ ਧਮਕੀ ਦਿੱਤੀ। ਜੇ ਕਿਸੇ ਨਾਲ ਤੂੰ ਦਰਖਾਸਤ ਦਿੱਤੀ ਜਾਂ ਕਿਸੇ ਨਾਲ ਕੋਈ ਗੱਲ ਕੀਤੀ ਤਾਂ ਤੇਰੇ ਪਰਿਵਾਰ 'ਤੇ ਤੈਨੂੰ ਮਾਰ ਦਿੱਤਾ ਜਾਏਗਾ। ਉਸ ਤੋਂ ਬਾਅਦ ਜੀ ਮੇਰੇ ਕੋਲ ਇੱਕ ਇਹਨੇ ਗੱਡੀ ਖੋਈ ਜੀ, ਲੁੱਟ ਖੋਹ ਕੀਤੀ ਪਿਸਤੌਲ ਦੀ ਨੋਕ 'ਤੇ। ਮੇਰੇ ਕੋਲ ਐਫੀਡੇਵਿਟ ਵੀ ਕਰਵਾ ਲਿਆ ਜੀ, ਐਫੀਡੇਵਿਟ ਕਰਵਾਇਆ, ਪਰ ਉਸ ਦੇ ਵਿੱਚ ਐਫੀਡੇਵਿਟ ਦੇ ਵਿੱਚ ਮੈਂ ਜਿਹੜੇ ਸਹਿਣ ਨੇ ਨਾ ਜਾਣ ਬੁੱਝ ਕੇ ਗਲਤ ਕੀਤੇ ਹੋਏ ਨੇ, ਮੇਰੇ ਸਹਿਣ ਨਹੀਂ ਹੈਗੇ ਜੀ, ਉਹ ਮੇਰੇ ਸਹਿਣ ਕਿਤੇ ਵੀ ਨਹੀਂ ਮਿਲਣਗੇ ਜੀ। ਮੈਂ ਕਿਹੜੀ ਗੱਡੀ ਖੋਈ ਹੈ? ਦਿੱਲੀ ਨੰਬਰ ਜੀ I-20 ਆਸਥਾ, ਜਿਹਦਾ ਨੰਬਰ DL9CAA 86 I-20 ਆਸਥਾ ਗੱਡੀ ਹੈ ਜੀ ਮੇਰੀ। ਹੁਣ ਉਹਦੇ ਉੱਤੇ ਨੰਬਰ ਜਾਲੀ ਲਾ ਕੇ PB5AF ਲਿਖ ਕੇ ਅਤੇ ਉਹ ਲਈ ਫਿਰਦਾ ਜੀ। ਇਹਦੀ ਤੁਸੀਂ ਦਰਖਾਸਤ ਪਹਿਲਾਂ ਦਿੱਤੀ ਸੀਗੀ? ਸਰ ਪਹਿਲਾਂ ਤਾਂ ਮੈਂ ਡਰ ਚੁੱਕਿਆ ਸੀਗਾ ਜੀ, ਬਹੁਤ ਡਰ ਚੁੱਕਿਆ ਸੀਗਾ। ਹੁਣ ਕੁਛ ਹੌਸਲਾ ਕਰਕੇ ਹੁਣ ਮੈਂ 23 ਤਰੀਕ ਨੂੰ ਹੁਣ ਦਰਖਾਸਤ ਦਿੱਤੀ ਜੀ, 23-11-2020। ਕਿਹਨਾਂ ਨੂੰ ਦਿੱਤੀ ਸੀ? SSP ਸਾਹਿਬ ਜੀ। ਕੀ ਮੰਗ ਕਰ ਰਹੇ ਹੋ? ਮੇਰੇ ਨਾਲ ਇਨਸਾਫ ਹੋਣਾ ਚਾਹੀਦਾ ਜੀ, ਮੇਰੇ ਪੈਸੇ ਅਤੇ ਮੇਰੀ ਗੱਡੀ ਵਾਪਸ ਹੋਣੀ ਚਾਹੀਦੀ ਜੀ। ਦੇਸ਼ ਦੁਨੀਆ ਦੀਆਂ ਤਾਜ਼ਾ ਖਬਰਾਂ ਦੇ ਲਈ ਹੁਣੇ ਪਲੇ ਸਟੋਰ ਤੋਂ ਡਾਊਨਲੋਡ ਕਰੋ ਪੰਜਾਬ ਦੀ ਆਵਾਜ਼ ਅਜੀਤ ਨਿਊਜ਼ ਐਪ। ਹੁਣ ਤੁਹਾਡਾ ਆਪਣਾ ਅਜੀਤ ਹਰ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਉਪਲਬਧ ਹੈ। ਫੇਸਬੁੱਕ ਦੇ ਉੱਤੇ ਹੁਣੇ ਲਾਈਕ ਅਤੇ ਫੋਲੋ ਕਰੋ ਅਜੀਤ ਦਾ ਆਫੀਸ਼ੀਅਲ ਪੇਜ ਡੇਲੀ ਅਜੀਤ, ਅਤੇ ਹਾਂ ਨਾਲ ਹੀ ਦੋਸਤਾਂ ਨੂੰ ਪੇਜ ਲਾਈਕ ਕਰਨ ਦੇ ਲਈ ਇਨਵਾਈਟ ਕਰਨਾ ਨਾ ਭੁੱਲਣਾ। ਇੰਨਾ ਹੀ ਨਹੀਂ, ਹਿੰਦੀ ਦੇ ਵਿੱਚ ਖਬਰਾਂ ਵਾਸਤੇ ਲਾਈਕ ਅਤੇ ਫੋਲੋ ਕਰੋ ਸਾਡਾ ਫੇਸਬੁੱਕ ਪੇਜ ਅਜੀਤ ਸਮਾਚਾਰ ਹਿੰਦੀ। ਯੂਟਿਊਬ ਦੇ ਉੱਤੇ ਵੀਡੀਓ ਖਬਰਾਂ ਦੇਖਣ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਅਜੀਤ ਦਾ ਆਫੀਸ਼ੀਅਲ ਯੂਟਿਊਬ ਚੈਨਲ ਅਜੀਤ ਵੈਬ TV। ਤੁਹਾਡਾ ਆਪਣਾ ਅਜੀਤ ਹੁਣ ਟਵਿੱਟਰ ਅਤੇ ਇੰਸਟਾਗ੍ਰਾਮ ਦੇ ਉੱਤੇ ਵੀ ਉਪਲਬਧ ਹੈ। ਟਵਿੱਟਰ ਦੇ ਉੱਤੇ ਖਬਰਾਂ ਦੇ ਲਈ ਫੋਲੋ ਕਰੋ ਡੇਲੀ ਅਜੀਤ, ਅਤੇ ਇੰਸਟਾਗ੍ਰਾਮ ਦੇ ਉੱਤੇ ਖਬਰਾਂ ਦੇ ਨਾਲ ਨਾਲ ਵੀਡੀਓ ਦੇਖਣ ਦੇ ਲਈ ਫੋਲੋ ਕਰੋ ਬਲੂ ਟਿਕ ਵਾਲਾ ਸਾਡਾ ਆਫੀਸ਼ੀਅਲ ਚੈਨਲ ਡੇਲੀ ਅਜੀਤ। ਤੁਹਾਡਾ ਆਪਣਾ ਭਰੋਸੇਯੋਗ ਚੈਨਲ, ਤੁਹਾਡੀ ਆਪਣੀ ਆਵਾਜ਼, ਪੰਜਾਬ ਦੀ ਆਵਾਜ਼ ਅਜੀਤ।